ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਦੋਸਤੋ BA 5th semesters ਦੀ ਪੰਜਾਬੀ ਕਮਲਸਰੀ ਦੇ ਲੌਂਗ ਕੁਐਸ਼ਨਸ ਮੈਂ ਲੈ ਕੇ ਹਾਜ਼ਰ ਹਾਂ ਮੋਸਟ ਓਵੇਟਡ ਵੀਡੀਓ ਸੀ ਇਹ ਵੀ ਬਿਕਾਉਜ਼ ਪੇਪਰ ਨੇ ਜਿਹੜੇ 15 ਤੋਂ ਸਟਾਰਟ ਨੇ ਸੋ ਇਹਦੇ ਵਿੱਚ ਜਿਹੜਾ ਲੌਂਗ ਕੁਐਸ਼ਨ ਫਰਸਟ ਵੰਦਾ ਹੈਗਾ ਉਹ ਹੈਗਾ ਪੰਜਾਬੀ ਵਾਰਤਕ ਦੇ ਜਨਮ ਅਤੇ ਵਿਕਾਸ ਬਾਰੇ ਲਿਖੋ ਪੰਜਾਬੀ ਵਾਰਤਕ ਕਿੱਦਾਂ ਇਹਦੀ ਉਤਪਤੀ ਹੋਈ ਹੈ ਕਦੋਂ ਤੋਂ ਸਟਾਰਟਿੰਗ ਹੋਈ ਹੈ ਤੇ ਇਹਦਾ ਪੂਰਾ ਕ੍ਰੋਨੋਲੋਜੀਕਲ ਵਿਕਾਸ ਆਪਾਂ ਲਿਖਣਾ ਹੈ ਠੀਕ ਹੈ ਸੈਕਿੰਡ ਕੁਐਸਚਨ ਹੈ ਜਿਹੜੇ ਪੰਜਾਬੀ ਵਾਰਤਕ ਜਿਹੜੀ ਆਧੁਨਿਕ ਪੰਜਾਬੀ ਵਾਰਤਕ ਹੈ ਉਸ ਦੇ ਮੋਢੀ ਰਚਨਾਕਾਰ ਮਤਲਬ ਕਿਹੜੇ ਕਿਹੜੇ ਮਤਲਬ ਰਾਈਟਰਸ ਆ ਜਿਹੜੇ ਇਹਦੇ ਵਿੱਚ ਇਨਕਲੂਡ ਨੇ ਕਿਹਨਾ ਕਿਹਨਾਂ ਦਾ ਕੰਟਰੀਬਿਊਸ਼ਨ ਰਿਹਾ ਉਹ ਤੁਸੀਂ ਇਸੇ ਜਿਹੜਾ 5th ਸੈਮੈਸਟਰ ਦੀ ਪੰਜਾਬੀ ਕੌਲਸਰੀ ਦੀ ਗੱਲ ਕਰ ਰਹੇ ਆਂ ਆਪਾਂ ਤਾਂ 4 1/2 ਪੇजेस ਦਾ ਲੌਂਗ ਕੁਐਸਚਨ ਹੋਣਾ ਚਾਹੀਦਾ ਹੈ ਇਸ ਦੇ ਅਕੋਰਡਿੰਗ ਤੁਸੀਂ ਜਿਵੇਂ ਕਵੀਆਂ ਦੇ ਉੱਤੇ ਕੁਐਸਚਨ ਲਿਖਣਾ ਠੀਕ ਹੈ ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਰਚਨਾਕਾਰਾਂ ਦੀ ਜਾਣਕਾਰੀ ਦੇਣੀ ਹੈ ਤਾਂ ਆਪਾਂ ਨੂੰ ਜਿੰਨੇ ਵੀ ਰਾਈਟਰਸ ਨੇ 4-5 ਆਪਾਂ ਨੇ ਯਾਦ ਕਰਨੇ ਆ ਉਹਨਾਂ ਦਾ ਇੱਕ ਵੱਡਾ-ਵੱਡਾ ਪੈਰਾ ਤੁਸੀਂ ਤਿਆਰ ਕਰ ਲਓ ਕਿ ਇਹ ਦਾ ਜਿਹੜਾ ਜਨਮ ਹੈ ਮਤਲਬ ਇਸ ইয়ার ਦੇ ਵਿੱਚ ਹੋਇਆ ਹੈਗਾ ਤੇ ਇਹਦੀ ਜਿਹੜੀਆਂ ਰਾਈਟਿੰਗਸ ਹੈ ਉਹ ਆ ਹਨ ਕੀ ਕੀ ਇਹਨਾਂ ਦਾ ਕੰਟਰੀਬਿਊਸ਼ਨ ਰਿਹਾ ਠੀਕ ਹੈ ਕੀ ਇਹਨਾਂ ਨੂੰ ਅਕਾਡਮੀ ਪੁਰਸਕਾਰ ਕੋਈ ਦਿੱਤਾ ਗਿਆ ਸੋ ਐਦਾਂ ਜਿਹੜਾ ਹੈ ਇਹ ਕੁਸ਼ਚਨ ਅਟੈਂਪਟ ਕਰਨਾ ਆਧੁਨਿਕ ਕਾਲਾ ਤੇ ਮੱਧ ਕਾਲ ਜਿਹੜੀ ਪੰਜਾਬੀ ਵਾਰਤਕ ਹੈ ਦੋਨੋਂ ਇੰਪੋਰਟੈਂਟ ਬਹੁਤ ਕੁਸ਼ਚਨ ਨੇ ਮੱਧ ਕਾਲ ਵਾਲਾ ਤੇ ਆਧੁਨਿਕ ਕਾਲ ਵਾਲਾ ਵੀ ਠੀਕ ਹੈ ਸੋ ਥਰਡ ਕੁਐਸਚਨ ਹੈ ਉਹੀ ਥਰਡ ਕੁਐਸਚਨ ਹੈ ਅੱਤਾ ਵੀ ਪੁੱਛਿਆ ਜਾ ਸਕਦਾ ਹੈ ਪ੍ਰਮੁੱਖ ਲੇਖਕਾਂ ਦੀ ਜੋ ਸਾਹਿਤ ਨੂੰ ਦੇਣ ਹੈ ਉਹਦੇ ਬਾਰੇ ਚਰਚਾ ਕਰੋ। ਤੋਂ ਸੈਕਿੰਡ ਤੇ ਥਰਡ ਜਿਹੜੇ ਨੇ ਦੋਨੋਂ ਸੇਮ ਜਿਹਾ ਮੋਲਡ ਕਰਕੇ ਕੁਐਸਚਨ ਦੇ ਸਕਦੇ ਆ ਆਧੁਨਿਕ ਵਾਲਾ ਜਿੰਨਾ ਵੀ ਆ ਗਿਆ ਤਾਂ ਤੁਸੀਂ ਇੱਕ ਕੁਐਸਚਨ ਤਿਆਰ ਕਰਕੇ ਰੱਖੋ ਕਿ ਅਗਰ ਆਧੁਨਿਕ ਵਾਲਾ ਕੁਐਸਚਨ ਆਂਦਾ ਤਾਂ ਅਸੀਂ ਆ ਲਿਖਣਾ ਹੈ। ਅਗਰ ਮੱਧਕਾਲ ਵਾਲਾ ਆਂਦਾ ਹੈ ਅਸੀਂ ਆ ਲਿਖਣਾ ਹੈ। ਕੱਲੇ ਸਾਹਿਤਿਕ ਬੰਗੀਆਂ ਮਾਰੇ ਪੁੱਛੇ ਤਾਂ ਅਸੀਂ ਆ ਲਿਖਣਾ ਹੈ। ਠੀਕ ਹੈ ਜੀ। ਕਨਫਿਊਜ਼ ਬਿਲਕੁਲ ਨਹੀਂ ਹੋਣਾ ਕੁਐਸਚਨ ਆਹੀ ਆਣਗੇ ਥੋੜੇ ਜਿਹਾ ਘੁਮ ਸੋ ਫੇਰ ਕੁਐਸਚਨ ਹੈ ਸਾਹਿਤ ਵਿੱਚ ਵੱਖ-ਵੱਖ ਆਧੁਨਿਕ ਵਾਰਤਕ ਵੰਗੀਆਂ ਦੀ ਸੰਖੇਪ ਜਾਣਕਾਰੀ ਦਿਓ ਹੁਣ ਇਹ ਪੁੱਛ ਸਕਦੇ ਨੇ ਕਿ ਜਿਹੜਾ ਆਧੁਨਿਕ ਸਾਹਿਤ ਹੈ ਨਾ ਉਹ ਚ ਵੰਗੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਦੇਖੋ ਇਹਦੇ ਵਿੱਚ ਕੀ ਹੁੰਦਾ ਨੇ ਨਿਬੰਧ ਵੀ ਹੁੰਦਾ ਜੀਵਨੀ ਸਵੈ ਜੀਵਨੀ ਰੇਖਾਚਿੱਤਰ ਡਾਇਰੀ ਅਤੇ ਖੱਤ ਠੀਕ ਹੈ ਇਹ ਜਿਹੜੇ ਸਰੂਪ ਨੇ ਨਾ ਇਸ ਦੇ ਹੁੰਦੇ ਨੇ ਤਾਂ ਤੁਸੀਂ ਥੋੜਾ-ਥੋੜਾ ਕੁਐਸਚਨ ਐਦਾਂ ਕਰ ਸਕਦੇ ਹੋ ਅਗਰ ਵੰਗੀਆਂ ਪੁੱਛ ਲੈ ਕਿ ਨਿਬੰਧ ਠੀਕ ਹੈ ਨਿਬੰਧ ਦਾ ਇੱਕ ਪੈਰਾ ਖਤਾਂ ਦਾ ਇੱਕ ਪੈਰਾ ਜੀਵਨੀ ਕਿਵੇਂ ਦੀ ਹੁੰਦੀ ਆ ਕੀ ਕੀ ਦੇ ਵਿੱਚ ਇਨਕਲੂਡ ਹੁੰਦਾ ਹੈ ਕੀ ਕੀ ਇਹਨਾਂ ਦਾ ਮੇਨ ਪੁਆਇੰਟ ਹੁੰਦਾ ਕਿਦਾਂ ਨਹੀਂ ਕਰਨਾ ਚਾਹੀਦਾ ਜੀਵਨੀ ਲਿਖਣ ਲੱਗੇ ਕੀ ਕਰਨਾ ਚਾਹੀਦਾ ਸੋ ਐਵੇਂ ਦੇ ਜਿਹੜਾ ਹੈਗਾ ਕਨਸੈਪਟ ਤੁਸੀਂ ਪੂਰਾ ਫੁੱਲ ਫਲੈਜ ਤਿਆਰ ਕਰਕੇ ਰੱਖੋ ਠੀਕ ਹੈ ਫੇਰ ਪੁੱਛਿਆ ਜਾ ਸਕਦਾ ਹੈ ਵਾਰਤਕ ਤੋਂ ਕੀ ਪਾਵਾਂ ਤੇ ਇਸ ਦੇ ਤੱਤਾਂ ਦੀ ਜਾਣਕਾਰੀ ਅਗਰ ਇਹ ਕੁਐਸਚਨ ਆਉਂਦਾ ਹੈ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਤੇ ਨਾਲ ਹੀ ਬਹੁਤ ਈਜ਼ੀ ਕੁਐਸਚਨ ਹੈ ਇਹਦੇ ਤੱਤ ਵਾਰਤਕ ਚ ਕੀ ਕੀ ਚੀਜ਼ਾਂ ਹੁੰਦੀਆਂ ਨੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਆਪਾਂ ਛੱਡ ਕੇ ਨਹੀਂ ਆਉਣਾ ਫੇਰ ਇੱਕ ਹੋਰ ਕੁਐ ਆਧੁਨਿਕ ਜਿਹੜੀ ਸੀਗੇ ਉਹਦੇ ਵਿੱਚ ਤਾਂ ਨਿਬੰਧ ਸਵੈ ਜੀਵਨੀ ਜੀਵਨੀ ਰੇਖਾ ਚਿੱਤਰ ਡਾਇਰੀ ਤੇ ਖਤ ਸੀ ਲੇਕਿਨ ਜਦੋਂ ਮੱਧ ਕਾਲੀਨ ਦੀ ਗੱਲ ਆ ਜੇ ਤਾਂ ਇਹਦੇ ਵਿੱਚ ਜਨਮ ਸਾਖੀਆਂ ਸਾਖੀਆਂ ਗੋਸ਼ਟੀਆਂ ਪਰਚੀਆਂ ਹੁਕਮਨਾਮਾ ਆ ਜਾਂਦਾ ਸੋ ਇਹਦੇ ਵਿੱਚ ਵੀ ਜਦੋਂ ਅਸੀਂ ਕੁਐਸਚਨ ਅਟੈਂਪਟ ਕਰਨਾ ਥੋੜਾ ਥੋੜਾ ਇੱਕ ਇੱਕ ਪੈਰਾ ਇਹਨਾਂ ਚੀਜ਼ਾਂ ਦਾ ਤਿਆਰ ਕਰ ਲਓ ਕਿ ਸਾਖੀ ਕੀ ਹੁੰਦੀ ਹੈ ਜਨਮ ਸਾਖੀ ਕੀ ਹੁੰਦੇ ਗੋਸ਼ਟੀ ਕੀ ਹੁੰਦੀ ਹੈ ਕੋਸ਼ਟੀਆਂ ਮਹਾਨ ਗੋਸ਼ਟੀਆਂ ਕਿਹੜੀਆਂ ਨਹੀਂ ਹੈ ਮਹਾਨ ਗੋਸ਼ਟੀ ਦੇ ਕਵੀਕਾਰ ਜਿਹੜੇ ਹੋਏ ਨੇ ਕਿਹੜੇ ਰਹੇ ਨੇ ਸੋ ਐਵੇਂ ਦਾ ਕੁਐਸਚਨ ਜਿਹੜਾ ਹੈ ਤੁਸੀਂ ਪੁੱਛਣ ਮਤਲਬ ਕਰਨਾ ਆਏਗਾ ਠੀਕ ਹੈ ਫੇਰ ਉਸ ਤੋਂ ਬਾਅਦ ਈ ਕੋਸ਼ਨ ਆਂਦਾ ਨਿਬੰਧ ਤੋਂ ਕੀ ਪਾਵੈ ਨਿਬੰਧ ਦੇ ਤੱਤ ਐਦਾਂ ਹੀ ਤੁਹਾਨੂੰ ਪੁੱਛ ਸਕਦੇ ਨੇ ਜੀਵਨੀ ਜੀਵਨੀ ਦੇ ਤੱਤ ਸਵੈ ਜੀਵਨੀ ਸਵੈ ਜੀਵਨੀ ਦੇ ਤੱਤ ਰੇਖਾ ਚਿੱਤਰ ਕੀ ਹੁੰਦੇ ਨੇ ਰੇਖਾ ਚਿੱਤਰ ਦੇ ਤੱਤ ਪਰ ਮੇਨਲੀ ਜਿਹੜਾ ਹੈਗਾ ਤੁਹਾਨੂੰ ਨਿਬੰਧ ਸਵੈ ਜੀਵਨੀ ਅਤੇ ਜੀਵਨੀ ਬਾਰੇ ਹੀ ਪੁੱਛ ਸਕਦੇ ਨੇ ਆ ਜਿਹੜੇ ਰੇਖਾ ਚਿੱਤਰ ਤੇ ਡਾਇਰੀ ਖਤ ਨੇ ਨਾ ਇਹ ਸ਼ੋਰਟ ਚ ਆਣਗੇ ਠੀਕ ਹੈ ਸੋ ਤੁਹਾਨੂੰ ਜਿਹੜਾ ਹੈ ਵੱਡੇ ਕੋਸ਼ਨ ਆ ਸਕਦਾ ਹੈ ਕਿ ਨਿਬੰਧ ਕੀ ਹੁੰਦਾ ਹੈ ਇਹਦੇ ਤੱਤ ਜੀਵਨੀ ਕੀ ਹੁੰਦਾ ਹੈ ਸਵੈ ਜੀਵਨੀ ਕੀ ਹੁੰਦਾ ਹੈ ਇਹਦੇ ਤੱਤ ਠੀਕ ਹੈ ਇਹ ਵੱਡੇ ਚ ਵੀ ਕਰ ਲਿਓ ਇੱਕ ਵਾਰ ਉਸ ਤੋਂ ਬਾਅਦ ਇੱਕ ਕੁਸ਼ਨ ਆ ਜਾਂਦਾ ਐਵੇਂ ਹੀ ਦੇਖੋ نیچے ਆਇਆ ਹੋਇਆ ਹੈ ਸਵੈ ਜੀਵਨੀ ਦੀ ਪ੍ਰਕਿਰਤੀ ਤੱਤ ਅਤੇ ਸਿਰਜਣ ਵਿਧੀਆਂ ਠੀਕ ਹੈ ਸੋ ਇਹ ਆਪਾਂ ਨੇ ਕਰਨਾ ਹੈ ਸਵੈ ਜੀਵਨੀ ਦਾ ਵੀ ਜੀਵਨੀ ਦਾ ਵੀ ਨਿਬੰਧ ਦਾ ਵੀ ਕਿਉਂਕਿ ਇਹ ਜਿਹੜੀ ਹੈ ਨਾ ਇਹ ਆਪਣੇ ਰੂਪ ਨੇ ਠੀਕ ਹੈ ਵਾਰਤਕ ਦੇ ਉਸ ਤੋਂ ਬਾਅਦ ਜਨਮ ਸਾਖੀ ਕੀ ਹੁੰਦੀ ਹੈ ਇਹ ਵੀ ਕੁਸ਼ਨ ਲੌਂਗ ਆ ਸਕਦਾ ਹੈ ਜਨਮ ਸਾਖੀਆਂ ਜਾਂ ਫਿਰ ਸਾਖੀਆਂ ਕੀ ਹੁੰਦੇ ਆ ਮਹੱਤਵਪੂਰਨ ਜਨਮ ਸਾਖੀਆਂ ਤੋਂ ਕੀ ਭਾਵ ਹੈ ਠੀਕ ਹੈ ਸੋ ਇਹ ਵੀ ਕੁਸ਼ਨ ਪੁੱਛ ਸਕਦੇ ਨੇ ਉਸ ਤੋਂ ਬਾਅਦ ਸਵੈ ਜੀਵਨੀ ਕੀ ਹੁੰਦੀ ਹੈ ਪ੍ਰਕਿਰਤੀ ਤੱਤ ਵਾਰਤਕ ਵਿੱਚ ਸ਼ਾਮਿਲ ਲੇਖ ਹੁਣ ਵਾਰਤਕ ਗਰੁੱਪ ਦੇ ਵਿੱਚ ਨਾ ਇਹ ਵੀ ਲੇਖ ਸ਼ਾਮਿਲ ਨੇ ਰਾਜਾ ਰਸਾਲੂ ਗੌਤਮ ਬੁੱਧ ਗੁਰੂ ਨਾਨਕ ਤੇ ਹੁਣ ਹਾਰਮਾ ਮੈਂ ਕਹੂੰਗੀ ਕਿ ਰਾਜਾ ਰਸਾਲੂ ਬਹੁਤ ਵਾਰ ਤੇ ਗੌਤਮ ਬੁੱਧ ਬਹੁਤ ਵਾਰ ਪੁੱਛਿਆ ਜਾਂਦਾ ਗੁਰੂ ਨਾਨਕ ਦੇਵ ਜੀ ਇਹ ਤਿੰਨ ਬਹੁਤ ਜ਼ਿਆਦਾ ਵਾਰ ਪੁੱਛੇ ਜਾਂਦੇ ਨੇ ਇਹ ਚੰਗੀ ਤਰ੍ਹਾਂ ਕਰਕੇ ਜਾਇਓ ਇੱਕ ਲੌਂਗ ਕੁਐਸਚਨ 2-3 ਪੇਜੀ ਦਾ ਤੁਸੀਂ ਜ਼ਰੂਰ ਇਹਨੂੰ ਕਰਕੇ ਜਾਣਾ ਕਿ ਇਹ ਕਿੱਦਾਂ ਲਿਖਣਾ ਹੈ ਠੀਕ ਹੈ ਤਈ ਵਾਰ ਦੋ ਵਾਰੇ ਪੁੱਛ ਸਕਦੇ ਨੇ ਰਾਜਾ ਰਸਾਲੂ ਤੇ ਗੌਤਮ ਬੁੱਧ ਬਾਰੇ ਲਿਖੋ ਤਾਂ ਉਹ ਕੁਐਸਚਨ ਜਿਹੜਾ ਤੁਹਾਡਾ ਆਰਾਮ ਦੇ ਨਾਲ ਇਹਨੂੰ ਥੋੜਾ ਜਿਹਾ ਈ ਉਸ ਤੋਂ ਬਾਅਦ ਆਇਆ ਵਾਰਤਕੀ ਲੇਖ ਜਿਹੜੇ ਨੇ ਉਹਨਾਂ ਦੇ ਲੋਕ ਜੀਵਨ ਵਿੱਚ ਪੇਸ਼ਕਾਰੀ ਦੇ ਬਾਰੇ ਲਿਖੋ ਇੱਕ ਗਲੀ ਦੇ ਵਿੱਚ ਹਾੜਾਂ ਦੇ ਦੁਪਹਿਰੇ ਅਤੇ ਬਰਾਗੀ ਇਹ ਤੁਹਾਨੂੰ ਲੇਖ ਕੋਈ ਵੀ ਦੋ ਪੁੱਛ ਸਕਦੇ ਕਿ ਇਹਨਾਂ ਦੋਨਾਂ ਦੇ ਬਾਰੇ ਲਿਖੋ ਜਾਂ ਫਿਰ ਇੱਕ ਲੇਖ ਪੁੱਛ ਸਕਦੇ ਨੇ ਕਿ ਇਸ ਲੇਖ ਦੇ ਰੂਪ ਦੇ ਇਸ ਲੇਖ ਦਾ ਰੂਪ ਕੀ ਹੈ ਇਹਦੇ ਵਿੱਚ ਕੀ ਕੀ ਚੀਜ਼ ਇਹਦੇ ਤੱਤ ਕੀ ਨੇ ਸੋ ਕੋਈ ਵੀ ਕਨਸੈਪਟ ਕੋ ਮਾ ਕੇ ਪੁੱਛੋ ਤੁਸੀਂ ਇਹੀ ਕੁਐਸਚਨ ਲਿਖਣਾ ਲੇਖ ਮਿੱਤਰਤਾ, ਭੇੜਚਾਲ ਅਤੇ ਸੱਪ ਦਾ ਅਧਿਐਨ ਕਰੋ। ਸੋ ਇਹ ਵੀ ਜਿਹੜਾ ਹੈਗਾ ਤੁਹਾਨੂੰ ਇਹਦੇ ਇਹ ਲੇਖ ਦੇ ਕੇ ਤੁਹਾਨੂੰ ਪੁੱਛ ਸਕਦੇ ਨੇ ਜਾਂ ਫਿਰ ਤੁਹਾਨੂੰ ਇਹ ਕਹਿ ਸਕਦੇ ਆ ਕਿ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਲੇਖ ਤੁਹਾਨੂੰ ਚੰਗਾ ਲੱਗਦਾ ਉਹਦੇ ਬਾਰੇ ਲਿਖੋ ਤਾਂ ਤੁਹਾਨੂੰ ਕੋਈ ਵੀ ਲੇਖ ਇਹਨਾਂ ਦੇ ਵਿੱਚੋਂ ਅਗਰ ਤੁਹਾਨੂੰ ਇੰਪੋਰਟੈਂਟ ਲੱਗਦਾ ਤਾਂ ਤੁਸੀਂ ਲਿਖ ਸਕਦੇ ਹੋ। ਫਾਈਨ ਹੈ ਜੀ। ਉਸ ਤੋਂ ਬਾਅਦ ਚਾਹ ਭਾਈ ਸਹਿਜ ਰਾਮਚਰਿਤ ਪਰਚੀਆਂ ਭਾਈ ਕਨਈਆ ਦਾ ਅਧਿਐਨ ਦਾ ਲਿਖੋ। ਸੋ ਇਹ ਵੀ ਇੱਕ ਇੰਪੋਰਟੈਂਟ ਟੌਪਿਕ ਹੈ ਕਿ ਭਾਈ ਸਹਿਜ ਰਾਮਚਰਿਤ ਜੋ ਭਾਈ ਸਹਿਜ ਰਾਮ ਨੇ ਲਿਖਿਆ ਪਰਚੀਆਂ ਭਾਈ ਕਨਈਆ ਦਾ ਅਧਿਐਨ ਠੀਕ ਹੈ ਇਹ ਆਪਾਂ ਨੇ ਇੰਪੋਰਟੈਂਟ ਕੁਐਸਚਨ ਤਿਆਰ ਕਰਨਾ ਹੈ ਫਿਰ ਇੱਕ ਕੁਐਸਚਨ ਆ ਸਕਦਾ ਕਵਿਤਾ ਤੋਂ ਕੀ ਪਾਵੇ ਇਸ ਦੇ ਤੱਤ ਠੀਕ ਹੈ ਕਵਿਤਾ ਦੇ ਬਾਰੇ ਆਪਾਂ ਨੂੰ ਪੁੱਛ ਸਕਦੇ ਨੇ ਨਿਬੰਧ ਦੇ ਬਾਰੇ ਆਪਾਂ ਨੂੰ ਕੁਐਸਚਨ ਪੁੱਛ ਸਕਦੇ ਨੇ ਸਵੈ ਜੀਵਨੀ ਜੀਵਨੀ ਬਾਰੇ ਆਪਾਂ ਨੂੰ ਲੌਂਗ ਕੁਐਸਚਨ ਪੁੱਛ ਸਕਦੇ ਨੇ ਫਿਰ ਜਿਹੜੇ ਆਪਾਂ ਨੂੰ 5-5 ਨੰਬਰ ਦੇ ਕੁਐਸਚਨ ਹੈ ਨਾ ਸ਼ਬਦ ਤੋਂ ਕੀ ਪਾਵੈ ਸ਼ਬਦ ਰਚਨਾ ਤੋਂ ਕੀ ਪਾਵੈ ਸ਼ਬਦ ਵਿਉਂਤ ਪੱਤੀ ਦੇ ਅਕੋਰਡਿੰਗ ਰੂਪਾਂਤਰਿਤ ਰੂਪ ਦੇ ਅਕੋਰਡਿੰਗ ਜਿਹੜਾ ਹੈ ਸ਼ਬਦ ਕਿੰਨੀ ਪ੍ਰਕਾਰ ਦਾ ਹੈ ਸ਼ਬਦ ਰਚਨਾ ਜਿਹੜੀ ਹੈਗੀ ਉਸ ਤੋਂ ਕੀ ਪਾਵੈ ਵਿਉਂਤ ਪੱਤੀ ਅਤੇ ਰੂਪਾਂਤਰਿਤ ਰੂਪ ਦੇ ਅਨੁਸਾਰ ਸ਼ਬਦ ਰਚਨਾ ਕਿੰਨੀ ਪ੍ਰਕਾਰ ਦੀ ਹੁੰਦੀ ਹੈ ਸੋ ਇਹ ਕੁਐਸਚਨ ਆ ਜਾਂਦਾ ਹੈ ਅਗੇਤਰ ਪਿਛੇਤਰ ਤੋਂ ਕੀ ਪਾਵੈ ਹੈ ਹੈ ਨਾ ਸੋ ਇਹਦੇ ਤੱਤ ਜਿਹੜੇ ਨੇ ਉਹ ਵੀ ਪੁੱਛ ਸਕਦੇ ਨੇ ਸੋ ਅਗੇਤਰ ਪਿਛੇਤਰ ਦੇ ਵੀ ਸਕਦੇ ਨੇ ਤੁਹਾਨੂੰ 4-5 ਵਰਡ ਵੀ ਇਹਨਾਂ ਦੇ ਅਗੇਤਰ ਲਈ ਕੋਈ ਇਹਨਾਂ ਨੇ ਪਿਛੇਤਰ ਲਿਖੋ ਸੋ ਫੇਰ ਇੱਕ ਕੁਐਸਚਨ ਹੈ ਇਹ बार-बार रिपीट ਹੁੰਦਾ ਹੈਗਾ ਨਾਵ ਵਾਕਾਂਸ਼ ਤੋਂ ਕੀ ਪਾਵੇ ਬੰਤਰ ਅਤੇ ਕਾਰਜ ਸ਼ਬਦ ਵਕ ਸੌਰੀ ਨਾਵ ਵਾਕਾਂਸ਼ ਤੋਂ ਕੀ ਪਾਵੇਗਾ ਤੇ ਨਾਲ ਹੀ ਇਹ ਪੁੱਛ ਸਕਦੇ ਨੇ ਕਿਰਿਆ ਵਾਕਾਂਸ਼ ਤੋਂ ਕੀ ਪਾਵੇ ਦੋ ਕੁਐਸਚਨ ਬਹੁਤ ਹੀ ਰਿਪੀਟ ਹੋ ਕੇ ਆਉਂਦੇ ਨੇ ਨਾਵ ਵਾਕਾਂਸ਼ ਅਤੇ ਇਹਦੇ ਮਤਲਬ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਕਿਦਾਂ ਦੀ ਮੰਤਰ ਹੁੰਦੀ ਹੈ ਇਹ ਕੁਐਸਚਨ ਹਮੇਸ਼ਾ ਦੋਨੋਂ ਆਉਂਦੇ ਨੇ ਜਾਂ ਤਾਂ ਇੱਕ ਨਾਵ ਵਾਕਾਂਸ਼ ਰੈਗੂਲਰ ਵਾਲੇ ਨੂੰ ਆ ਸਕਦਾ ਹੈ ਜਾਂ ਤੇ ਜਿਹੜਾ نیچے ਵਾਲਾ ਉਹ ਪ੍ਰਾਈਵੇਟ ਤੇ ਡਿਸਟੈਂਸ ਵਾਲੇ ਨੂੰ ਆ ਸਕਦਾ ਹੈ Oppoosite ਆ ਸਕਦੇ ਨੇ सेम ਵੀ ਆ ਸਕਦੇ ਨੇ ਠੀਕ ਹੈ ਉਸ ਤੋਂ ਬਾਅਦ ਹੈ ਕਾਰਕ ਕਾਰਕ ਬਹੁਤ ਹੀ ਆਪਾਂ ਛੋਟੇ ਹੁੰਦੇ ਤੋਂ ਵੱਡੇ ਆ ਰਹੇ 7 8 ਤੋਂ ਕਾਰਕ ਕੀ ਹੈ ਇਸ ਦੀ ਪਰਿਭਾਸ਼ਾ ਅਤੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਹੈਨਾ ਸੰਪਰਦਾਨ ਅਪਦਾਨ ਕਰਤਾ ਕਰਮ ਕਰਨ ਸੋ ਇਹ ਸਾਰੇ ਜਿਹੜੇ ਹੈਗੇ ਨੇ ਇੱਕ ਇੱਕ ਲਾਈਨਾਂ ਦੋ ਦੋ ਲਾਈਨਾਂ ਲਿਖ ਕੇ ਰੱਖ ਲਓ ਤੁਸੀਂ ਵਿਦ ਐਗਜ਼ਾਮਪਲ ਇਹ ਕੁਸ਼ਣ ਕਿਤੇ ਨਹੀਂ ਜਾਂਦੇ ਆਂਦੇ ਜ਼ਰੂਰ ਨੇ ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਗਾ ਬੀਏ ਵਾਲਿਆਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਮੇਰੀਆਂ ਵੀਡੀਓਜ਼ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਨੇ ਅਗਵੀਂ ਵੀਡੀਓ ਦੇ ਨਾਲ ਧੰਨਵਾਦ